kid. Aao dardani mara, mera sidhu moose wala. ਅਸਲਾਮੁ ਅਲੈਕੁਮ ਜੀ, ਸਤਿ ਸ਼੍ਰੀ ਅਕਾਲ ਵੀਰੋ, ਕੀ ਹਾਲ ਚਾਲ ਹੈ ਤੁਹਾਡਾ? ਫਿੱਟੋ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਮੂਸੇਵਾਲਾ ਰਿਐਕਟ ਦੇ ਉੱਤੇ। ਅਤੇ ਚੈਨਲ ਦੇ ਅਗਰ ਨਵੇਂ ਹੋ ਤਾਂ ਹੁਣੇ ਤੋਂ ਸਬਸਕ੍ਰਾਈਬ ਕਰ ਲਓ ਔਰ ਬਣ ਜਾਓ ਮੂਸੇਵਾਲਾ ਰਿਐਕਟ ਫੈਮਿਲੀ ਦਾ ਹਿੱਸਾ। ਅਤੇ ਆਪਾਂ ਅੱਜ ਕਰਨ ਜਾ ਰਹੇ ਹਾਂ ਚੱਜ ਦਾ ਵਿਚਾਰ, ਮੂਸੇਵਾਲੇ ਦਾ ਇੰਟਰਵਿਊ, ਚੱਜ ਦਾ ਵਿਚਾਰ ਪਾਰਟ 2। ਅੱਗੇ ਦੇਖਦੇ ਹਾਂ ਜੀ ਮੂਸੇਵਾਲਾ ਦੇ ਨਾਲ ਕਿਹੜੀਆਂ ਗੱਲਾਂ ਹੋਈਆਂ। ਲੈਟ ਗੈਟ ਚੈਟ ਅਤੇ ਸ਼ੈਟ ਤਰੱਕੀ ਦਿੱਤੀ ਹੈ। ਸਹੀ ਗੱਲ ਹੈ। ਮੈਂ ਤਾਂ ਯਾਨੀ ਕਿ ਮੇਰੀ ਜ਼ਿੰਦਗੀ ਦਾ ਪੋਜ਼ਿਟਿਵ ਸਾਈਨ ਹੈ ਜਦੋਂ ਮੈਨੂੰ ਰੋਕਣ ਲੱਗ ਜਾਣ ਵੀ ਅਸੀਂ ਐਂ ਕਰਾਂਗੇ। ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਇੱਦਾਂ ਹੋਇਆ ਵੀ ਕਈ ਬੰਦਿਆਂ ਦੇ ਚੰਨ ਨਹੀਂ ਹੁੰਦੇ ਵੀ ਯਾਰ ਹਾਂ ਵੀ ਹੁਣੇ ਮੈਨੂੰ ਤਾਂ ਇਹ ਲੱਗਦਾ ਜਦੋਂ ਮੇਰਾ ਵਿਰੋਧ ਹੋਣ ਲੱਗੇ ਜਿਵੇਂ ਮੈਂ ਸਹੀ ਰਾਹ ਤੇ ਹਾਂ। ਵਿਰੋਧ ਹੋਣਾ ਲਾਜ਼ਮੀ ਹੈ। ਕਈ ਬੰਦੇ ਮੇਰੇ ਤੋਂ ਪਹਿਲਾਂ ਇੱਥੇ ਸੰਘਰਸ਼ ਕਰ ਰਹੇ ਨੇ, ਠੀਕ ਹੈ, ਮਨ ਨੂੰ ਠੇਸ ਹੋਣੀ ਲਾਜ਼ਮੀ ਹੈ। ਇੱਕ ਸੀਟ ਹੈ, 12 ਬੰਦੇ ਦਾਅਵੇਦਾਰ ਹੈ, ਉਹਨਾਂ ਦਾ ਵੀ ਹੱਕ ਹੈ। ਪਰ ਇਹ ਗੱਲ ਹੈ ਵੀ ਕਈ ਵਾਰੀ ਚੀਜ਼ਾਂ ਹੁੰਦੀਆਂ ਨੇ, ਕਈ ਵਾਰੀ ਸਾਨੂੰ ਸਬਰ ਕਰਨਾ ਪੈਂਦਾ ਹੈ। ਕਈ ਬੰਦੇ ਉਮਰ ਲੰਘੇ ਜਿਹਨਾਂ ਨੂੰ ਟਿਕਟ ਨਹੀਂ ਮਿਲੀ, ਤੋ ਕਿਤੇ ਨਾ ਕਿਤੇ ਹਿਊਮਨ ਨੇਚਰ, ਟਿਕਟ ਤੱਕ ਵਿਰੋਧ ਕਰਨਾ ਲਾਜ਼ਮੀ। ਤੇ ਸਾਡੀ ਇਹ ਮਾਨਸਾ ਸੀਟ ਦਾ ਇਤਿਹਾਸ ਹੈ ਵੀ ਕੋਈ ਇਹ ਨਹੀਂ ਵੀ ਸਿੱਧੂ ਮੂਸੇਵਾਲਾ ਜਾਏ ਤਾਂ ਵਿਰੋਧ ਹੋ ਰਿਹਾ। ਪਿਛਲੇ ਵਾਰ ਮੰਗਤ ਰਾਮ ਮਾਸਲ ਜੀ ਸੀ, ਉਹਨਾਂ ਦਾ ਮੈਥੋਂ ਵੀ ਜ਼ਿਆਦਾ ਵਿਰੋਧ ਸੀ। ਉਹਨੂੰ ਕਹਿੰਦੇ ਕੋਈ ਵੋਟ ਨਾ ਪਾਉਣ ਦਿਓ, ਕੋਈ ਐਨਾ ਕਰ ਦਿਓ। ਉਦੋਂ ਪਹਿਲਾਂ ਗਾਗਵਾਲ ਸਾਹਿਬ ਸੀ, ਉਹਨਾਂ ਦਾ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕਰੀ ਲੋਕਾਂ ਨੇ। ਸੋ ਇਹ ਸੀਟ ਦਾ ਇਤਿਹਾਸ ਹੀ ਹੈ। ਸੋ ਵੀ ਆਪਾਂ ਜੇ ਸੋਚੀ ਜਾਈਏ ਵੀ ਇਹ ਸਪੈਸ਼ਲ ਮੇਰਾ ਕੋਈ ਵਿਰੋਧ ਹੈ, ਹਾਂ ਮੈਂ ਧੜਾ ਜੁਆਇਨ ਕੀਤਾ, ਮੈਨੂੰ ਧੜੇ ਦੀਆਂ ਜੁਆਇਨ ਕਰਨ ਨਾਲ ਕੁਛ ਲੋਕ ਤਾਂ ਮੇਰੇ ਤੋਂ ਟੁੱਟਣਗੇ, ਮੇਰੇ ਫੋਲੋਅਰਸ ਵੀ ਘਟੇ ਸੀ ਤੇ ਮੈਨੂੰ ਪਤਾ ਸੀ ਜ਼ਰੂਰੀ ਨੀ। ਜੇ ਮੈਨੂੰ 70 ਲੱਖ ਬੰਦਾ ਪਸੰਦ ਕਰਦਾ ਤਾਂ ਮੇਰਾ 70 ਦਾ 70 ਲੱਖ ਮੇਰੀ ਸੋਚ ਨਾਲ ਸਹਿਮਤ ਹੋ। ਉਹਨਾਂ ਨੂੰ ਕੋਈ ਨਾ ਕੋਈ, ਕਈ ਵਾਰੀ ਕਈ ਮੇਰੇ ਗੁਣ ਚੰਗੇ ਲੱਗਦੇ ਹੋਣਗੇ, ਕਈ ਮੇਰੇ ਔਗੁਣ ਚੰਗੇ ਲੱਗਦੇ ਹੋਣਗੇ। ਸੋ ਉਹ ਫਿਰ ਸਾਰਿਆਂ ਦੀ ਵਿਚਾਰਧਾਰਾ, ਆਪਾਂ 70 ਲੱਖ ਦੀ ਵਿਚਾਰਧਾਰਾ ਇੱਕ ਨਹੀਂ ਹੋ ਸਕਦੀ। ਜਿਹੜੇ ਬਜ਼ੁਰਗ ਦੇ ਨਾਲ ਤੁਸੀਂ ਗੱਲ ਕੀਤੀ ਵੀ ਉਹਨੇ ਕਿਹਾ ਵੀ ਐ ਨੀ ਵੋਟਾਂ ਪੈਣਗੀਆਂ, ਤੇ ਉਹਨੇ ਤੁਹਾਡਾ ਗਾਣਾ ਥੋੜਾ ਸੀ ਆਓ ਆਓ, ਸਾਰੇ ਗਾਣੇ ਮੇਰੇ ਐਂ ਸਟਾਰਟ ਹੁੰਦੇ। ਸਾਡੇ ਤਾਂ ਸਾਡੇ ਬਜ਼ੁਰਗ ਨਹੀਂ ਸੁਣਦੇ, ਬਜ਼ੁਰਗਾਂ ਤੱਕ ਤਾਂ ਵਿਚਾਰਿਆਂ ਤੱਕ ਜੋ ਲੈਂਗੁਏਜ ਅਸੀਂ ਯੂਜ ਕਰਦੇ ਹਾਂ ਉਹ ਤਾਂ ਆਉਂਦੀ ਹੋਈ ਨਾ ਉਹਨਾਂ ਨੂੰ ਸਮਝ ਸਕਦੇ ਆ। ਸੋ ਬਜ਼ੁਰਗ ਤਾਂ ਯਾਨੀ ਕਿ ਇੱਕ ਅੱਧਾ ਗਾਣਾ ਕੋਈ ਉਹਨਾਂ ਦੇ ਇੱਕ ਨਹੀਂ ਪੈ ਗਿਆ ਤਾਂ ਕੀ ਕਹਿਣਾ, ਉਹਨਾਂ ਦਾ ਧਿਆਨ ਹੀ ਨਹੀਂ ਹੁੰਦਾ। ਸੋ ਬਜ਼ੁਰਗ ਤਾਂ ਸਾਡੇ ਪਿੰਡਾਂ ਦੇ ਹੁੰਦੇ ਨੇ, ਤਾਂ ਉਹ ਪਿੰਡ ਵਾਲੇ ਤਾਂ ਸਤਿਕਾਰਯੋਗ ਬਜ਼ੁਰਗ, ਸਤਿਕਾਰਯੋਗ। ਬੰਦੂਕ ਦਾ ਬੱਚਾ ਰੱਖਦਾ ਉਹ ਤਾਂ ਫਿਰ ਐਂ ਵੀ ਨਿਮਰਤਾ ਦਾ ਪੁੰਜ ਹੋਵੇ। ਤੁਸੀਂ ਕਿਹਾ ਵੀ ਹਥਿਆਰ ਤਾਂ ਨੁਕਸਾਨਦਾਇਕ ਹੈ, ਹਰੇਕ ਬੰਦੇ ਲਈ ਮਹੀਨੇ ਹੁੰਦੇ ਹਰੇਕ ਚੀਜ਼ ਦੇ, ਤੁਹਾਡੇ ਲਈ ਕੁਛ ਵੱਖਰੇ ਮਹੀਨੇ ਹੋਣਗੇ, ਮੇਰੇ ਲਈ ਵੱਖਰੇ। ਇੱਥੇ ਰੱਖ ਗੱਲ, ਤੁਹਾਡੇ ਲਈ ਕਾਲਾ ਦੌਰ ਨਹੀਂ ਹੋਣਾ ਪਰ ਮੇਰੇ ਲਈ ਕਾਲਾ ਦੌਰ ਚੱਲ ਰਿਹਾ। ਮੈਂ ਜਿੱਦਾਂ ਦਾ ਇਸ ਖੇਤਰ ਚ ਆਇਆ ਤੇ ਮੇਰੇ ਨਾਲ ਉਦਾਂ ਦਾ ਹੀ ਕਾਲਾ ਦੌਰ ਚੱਲ ਰਿਹਾ, ਠੀਕ ਹੈ। ਮੈਂ ਜੇ ਮੇਰੇ ਡੱਬ ਚ ਵੇਪਣ ਲੱਗਿਆ ਤਾਂ ਮੇਰੀ ਮਜਬੂਰੀ ਹੈ, ਸ਼ੌਂਕ ਸੀ ਪਹਿਲਾਂ, ਹੁਣ ਮੇਰੀ ਮਜਬੂਰੀ, ਠੀਕ ਹੈ, ਮੈਨੂੰ ਕੈਰੀ ਕਰਨਾ ਪੈਂਦਾ। ਜਦੋਂ ਤੁਸੀਂ ਨਾ ਕਿਸੇ ਲੰਮੀ ਛਲਾਂਗ ਮਾਰਦੇ ਹੋ, ਘੱਟ ਸਮੇਂ ਦੇ ਵਿੱਚ ਜ਼ਿਆਦਾ ਚੀਜ਼ਾਂ ਪ੍ਰਾਪਤ ਕਰਦੇ ਹੋ, ਤਾਂ ਉਹ ਜ਼ਿਆਦਾ ਚੀਜ਼ਾਂ ਪ੍ਰਾਪਤ ਕੀਤੀਆਂ ਤੁਹਾਨੂੰ ਕਿਤੇ ਨਾ ਕਿਤੇ ਪ੍ਰੋਬਲਮ ਤਾਂ ਕ੍ਰੀਏਟ ਕਰਦੀਆਂ, ਕਿਉਂਕਿ ਜਿਹੜੀ ਸਕਸੈਸ ਦਾ ਸ਼ੋਰਟ ਟਾਈਮ ਦੇ ਵਿੱਚ ਆਉਂਦੀਆਂ ਨਾ ਉਹ ਕਈ ਕੁਛ ਲੈ ਕੇ ਆਉਂਦੀਆਂ ਨਾ। ਸੋ ਵੀ ਉਹੀ ਗੱਲ ਹੈ ਵੀ ਕਾਲਾ ਦੌਰ, ਹੁਣ ਤੁਹਾਡਾ ਪੇਸ਼ਾ ਕੁਛ ਹੋਰ ਹੈ, ਤੁਹਾਡੇ ਲਈ ਕਾਲਾ ਦੌਰ ਖਤਮ ਹੋ ਗਿਆ। ਸਾਨੂੰ ਵੀ ਦੇਖੋ, ਤੁਹਾਨੂੰ ਇਹ ਲੱਗਾ ਵੀ ਸਾਡੇ ਚੂੰਡੀ ਵੱਢਦੇ ਆ, ਉਵੇਂ ਸਾਡੇ ਬਾਰੇ ਬਹੁਤ ਸਾਰੇ ਲੋਕ ਹੋਰ ਵੀ ਗੱਲ ਕਹਿੰਦੇ ਹੋਣਗੇ, ਪਰ ਸਾਨੂੰ ਇਉਂ ਕਦੇ ਲੱਗਾ ਨੀ ਵੀ ਭਾਈ ਪੰਜਾਬ ਦਾ ਮਾਹੌਲ ਇੰਨਾ ਹੀ ਵਿਗੜ ਗਿਆ, ਮੇਰਾ ਖਿਆਲ ਆ। ਜੀ ਮੈਂ ਤੁਹਾਨੂੰ ਦੱਸਦਾ, ਜੇ ਤੁਹਾਡੇ ਦਰਵਾਜ਼ੇ ਚ ਬੰਦੇ ਮੁੜੇ ਹੋਣ, ਤੁਹਾਡੇ ਸਾਹਮਣੇ ਬੰਦੇ ਮੁੜੇ ਹੋਣ ਬੰਦੂਕਾਂ ਵਾਲੇ, ਮੈਂ ਹੁਣ ਕਹਿਣਾ ਨੀ ਚਾਹੁੰਦਾ ਉਹ ਚੀਜ਼ਾਂ, ਹਰੇਕ ਬੰਦੇ ਦੇ ਉੱਤੇ ਉਹਨਾਂ ਦੀਵੇ ਥੱਲੇ ਹਨੇਰਾ, ਤੋ ਮੇਰੀ ਜ਼ਿੰਦਗੀ ਚ ਵੀ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹਿਣੀਆਂ, ਪਰ ਤੁਸੀਂ ਸਲਾਮਤ ਰਹੋ, ਅਸੀਂ ਸਾਰਿਆਂ ਨੇ ਜੀ ਦੁਆ ਮੰਗਦੇ। ਜੀ 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 ਸੋ ਉਹ ਮੈਂ ਉਹੀ ਕਹਿਣਾ ਵੀ
मेरे अकॉर्डिंग हथियार की है, हथियार नुकसानदायक नहीं, मैं नहीं मानता। हथियार पिछे जे एक गलत दिमाग चलता वह नुकसानदायक है, गुंगल चलती वे पिछे एक दिमाग चलता है। जे सानू हथियार तो डरन की बजाय उस दिमाग नू ट्रेन करिए तो शायद हो सकता है भी किसी नुकसान ना हो। मैनू पता मेरी नीड की है, मैनू यह पता है मैं कितने पॉइंट करना है, जे ए गोली मारी इतने फायर करे मेरा की नुकसान है। सो एजुकेशन जिथे बंदा मार के कसूर पुछदे जी जट उस पिंड नू बिलोंग करदा मूसे मेरा डैडी मेनू सौंदा हुंदा सी, साडे पिंड पाला हुंदा सी, पाला थोड़ा बहुत अमली टाइप हुंदा सी, ते जदों बंदूक जमा कराउण जांदा ना सत्थां दे विच, सत्थां विच ही लंघदा, शरीफ बंदा सी, सूबेदार यानी कि रेड फौजी रिटायर हुंदा, उह जिहड़े बंदे असूली बंदा बस थोन पता भी जो पिंड वाले माले वाले ने थोड़े जे अपना थोड़े अड़बैठ होंगे थोड़े जे सुभा रोटी पानी का फर्क है साहब हो जो सत्था में जी कहने बुरा लंघन लगे बंदूक टम के पाला कहना कहना टंबा चक्की फिर करे चलाई भी है उन्हें टिचर करती दस भी बंद मूहे वह कहना ए कर फिर तू मूहे को दस दिना वह उठ के खड़ा हो गया उधरों उन्हें फायर मारे मारता उ फिर वो कहानी कितना कितने कितना कितने दिमाग के मेरे छोटे होंदे तो रची हुई सी जो कुछ झरीटा जाए जवानी दे विच ओवें ही रहिंदा तुहाडे कहण दा भाव इह आ नहीं पता की गल है उही गल है कितने कितने हुण जे आपां कहीए हुण मैं समाऊ पिंड साडे पिंडां च पैंदा भाई थोड़ा सूरमिया दा पिंड सच्चा सिंह समाऊ कुकर हुणी जिहड़ी बड़ी पुरानी कहानी बिलकुल सो कई इन्हां चीज़ां दे विचों सिखण नूं भी चीज़ां बहुत हुंदियां मैं इह नहीं कहिंदा वी कोई वी उह मेरा साडे पिंड दा उह सी मैं कोई आपके मन घड़त बना के कोई गल बना के कुछ दंद कथा बनी गई दंद कथा बनी हां जी हां जे आप कह दिए कोई ना कोई चीज जे आप कही न्याणे जे सुन ली गल तुहानू जिहड़े फॉलो करन वाले ज्यादा ने ओह न्याणे जे ही ने ये गल्लां बहुत कड़वियां ने और इतना क्रिटिसाइज अगर एक बंदे नूं इस माशरे च कीता जाए ना वह फिर भी इस माशरे दे विच बाह कढ के आखे कि मैं जूण डिया जे जे कोई पुट सकदा तो पुट लो कि सिर्फ मूसे वाला घरों किसी दे मुड़ के भी जां तो उहने भी गल कीती है कि जिहदे मतलब घरों मुड़ के गया ना बई भाई कई दफा इहनूं मौत दा सामना करना पिया होएगा इत्थे तो उहने आखिया मैं ना नहीं देना चाहता नीचा दिखा रहे ने अपने उन्होंने सवाल टैट बनाए हुए पहलां दे स्क्रिप्टेड सवाल ने जिथों वार खान लगता है अगला सवाल कट देना तो वह आंदा जट का पुत्र बैठा है पुछ जिहड़ी जिहड़ी गल भी पुछनी है यार बहुत घैंट इंटरव्यू है बहुत ही चसदा इंटरव्यू है अगलिया मजीद गल्लां जिहड़ियां ने ओह सुणांगे अगले पार्ट च वीडियो लंबी हो रही है तो आप मिलते हैं कल इंशाल्लाह I'll be your lover. Love you.